ਸੋ ਫੇਰ ਗਾਈਸ ਕੀ ਹਾਲ ਚਾਲ ਹੈ, ਸਭ ਤੋਂ ਪਹਿਲੇ ਸਾਰੇ ਵਧੀਆ ਹੋਣਗੇ। ਯੋਗਰਾਜ ਸਿੰਘ ਜੀ ਨੇ ਬਹੁਤ ਵਧੀਆ ਗੱਲ ਕੀਤੀ ਹੈ ਮਾਨ ਸਾਹਿਬ 'ਤੇ ਅਤੇ ਉਹਨਾਂ ਦੀ ਫਿਲਮ ਸੁੱਚਾ ਸੂਰਮਾ ਦੇ ਉੱਤੇ, ਅਤੇ ਮੇਰੇ ਹਿਸਾਬ ਨਾਲ ਸ਼ਾਇਦ ਯੋਗਰਾਜ ਸਿੰਘ ਤੋਂ ਆਪਾਂ ਪਹਿਲੀ ਵਾਰ ਹੀ ਬੱਬੂ ਮਾਨ ਜੀ ਬਾਰੇ ਕੋਈ ਗੱਲ ਸੁਣ ਰਹੇ ਹਾਂ। ਆ ਜਾਓ, ਲੈਟਸ ਚੈੱਕ ਇਟ। ਸੂਰਮਾ ਹੁਣ ਜਿਵੇਂ ਹੁਣ ਬਣੀ ਹੈ ਤਾਂ ਲੋਕਾਂ ਨੂੰ ਲੱਗਦਾ ਕਿ ਸੁੱਚਾ ਸੂਰਮਾ ਪਹਿਲੀ ਵਾਰ ਦਿਖਾਈ ਜਾ ਰਹੀ ਹੈ, ਸੁੱਚਾ ਸੂਰਮਾ ਲੋਕ ਗਾਥਾ ਜਿਹੜੀ ਹੈਗੀ ਉਹ ਪਹਿਲੀ ਵਾਰ ਸਿਨੇਮਾ ਦੇ ਸ਼ਿੰਗਾਰ ਬਣਨ ਜਾ ਰਹੀ ਹੈ। ਸੋ ਉਸ ਤੋਂ ਪਹਿਲਾਂ ਤੁਸੀਂ ਕਰ ਚੁੱਕੇ ਹੋ, ਸੋ ਉਹਦੇ ਬਾਰੇ ਥੋੜ੍ਹਾ ਜਿਹਾ ਦੱਸੋ ਕਿ ਉਹ ਕਦੋਂ ਬਣੀ ਸੀ, ਕਿਉਂਕਿ ਮੈਂ ਵੀ ਦੱਸਾਂ ਤਾਂ ਮੈਂ ਵੀ ਇੰਨਾ ਜਾਣੂ ਨਹੀਂ ਸੀ ਉਸ ਬਾਰੇ, ਬਸ ਇੰਨਾ ਪਤਾ ਸੀਗਾ ਕਿ ਫਿਲਮ ਪਹਿਲਾਂ ਤੁਸੀਂ ਕੀਤੀ ਹੋਈ ਹੈ। 40 ਸਾਲ ਹੋ ਗਏ ਜੀ ਉਸ ਫਿਲਮ, 42 ਸਾਲ ਹੀ ਹੋ ਗਏ ਜਦੋਂ ਫਿਲਮਾਂ ਦਾ ਦੌਰ ਸੀਗਾ। ਮੈਂ ਕੀਤੀਆਂ ਸੁੱਚਾ ਸਿੰਘ ਸੂਰਮਾ ਕੀਤੀ, ਜੱਗਾ ਡਾਕੂ ਕੀਤੀ, ਉਹ ਸਾਰੀਆਂ ਫਿਲਮਾਂ ਤੁਹਾਨੂੰ ਪਤਾ ਹੀ ਹੈ। ਪਰ ਮੈਨੂੰ ਬੜੀ ਖੁਸ਼ੀ ਇਸ ਗੱਲ ਦੀ ਹੈ ਕਿ ਉਹ ਗਾਥਾਵਾਂ ਦੁਬਾਰਾ ਦੁਹਰਾਈਆਂ ਜਾਣੀਆਂ। ਮੌੜ ਪਿਕਚਰ ਬਣੀ, ਮੌੜ ਪਿਕਚਰ ਦੇ ਵਿੱਚ ਜਿਹੜੀਆਂ ਖਾਮੀਆਂ ਸੀ ਉਹ ਆਪਾਂ ਨੂੰ ਪਤਾ ਹੀ ਹੈ, ਮਤਲਬ ਕੈਰੈਕਟਰ ਪਹਿਲਾਂ ਤਾਂ ਲੱਗਣਾ ਚਾਹੀਦਾ ਉੱਦਾਂ ਦਾ, ਉਹ ਬਹੁਤ ਜ਼ਰੂਰੀ ਹੈ। ਜੇ ਆਪਾਂ ਕਿਸੇ ਨੂੰ ਕਹੀਏ ਤਾਂ ਅਗਲਾ ਐਵੇਂ ਨਾਰਾਜ਼ ਹੋ ਜਾਂਦਾ, ਯਾਰ ਮੈਨੂੰ ਐਂ ਕਹਿਤਾ, ਪਰ ਉਹਨੂੰ ਐਂ ਲੱਗਣਾ ਚਾਹੀਦਾ ਹਾਂ ਯਾਰ ਮੈਂ ਗਲਤੀ ਕੀਤੀ ਹੈ। ਠੀਕ ਹੈ, ਓਕੇ। ਹੁਣ ਮੈਂ ਕਈ ਵਾਰੀ ਸੋਚਿਆ ਯਾਰ ਮੈਂ ਰੋਮੈਂਟਿਕ ਫਿਲਮ ਕਰਨੀ ਹੈ, ਉਹ ਕਹਿੰਦੇ ਭਾਅ ਜੀ ਤੁਹਾਨੂੰ ਲੋਕਾਂ ਨੇ ਐਕਸੈਪਟ ਨਹੀਂ ਕਰਨਾ। ਗੱਲ ਵੀ ਠੀਕ ਹੈ ਵੀ ਤੁਸੀਂ ਇਮੇਜ ਤੁਹਾਡੀ ਹੋਰ ਬਣੀ ਹੋਈ ਹੈ। ਮੈਂ ਇਹ ਹੈ ਵੀ ਮੈਨੂੰ ਲੱਗਦਾ ਜਿੱਥੇ ਅਕੈਡਮੀ ਹੈ ਨਾ ਇਹਦੀ ਗਰਾਊਂਡ, ਉੱਥੇ ਸ਼ੂਟ ਹੋ ਜਾਏਗੀ, ਉੱਥੇ ਇੰਟਰਵਿਊ ਲੈ ਰਹੇ ਹਾਂ, ਤਾਂ ਫਿਰ ਮੈਂ ਜਾ ਕੇ ਕਿਉਂ ਕੰਮ ਕਰਾਂ। ਸੋ ਮੇਰਾ ਖਿਆਲ ਜਿਹੜੀ ਅਮਿਤੋਜ ਮਾਨ ਜੀ ਨੇ ਫਿਲਮ ਬਣਾਈ, ਹੀ ਇਜ਼ ਅ ਵੈਰੀ ਗੁੱਡ ਮੇਕਰ। ਅਮਿਤੋਜ ਮਾਨ ਇੱਕ ਬਹੁਤ ਵੱਡਾ ਡਾਇਰੈਕਟਰ ਰਾਈਟਰ ਆ ਬੰਦਾ, ਮੈਂ ਉਹਦੇ ਨਾਲ ਕੰਮ ਕੀਤੀ ਹੈ ਮੋਟਰ ਮਿੱਤਰਾਂ ਦੀ। ਕੁਦਰਤੀ ਉਸ ਫਿਲਮ ਦੇ ਵਿੱਚ ਜਿਹੜੀ ਸਾਰੀ ਚੀਜ਼ ਉਹ ਬਾਬੇ 'ਤੇ ਰੱਖਣੀ ਚਾਹੁੰਦੇ ਸੀ, ਉਹ ਸਿਰਸੇ ਵਾਲੇ ਬਾਬੇ 'ਤੇ ਫਿਲਮ ਬਣਾਈ ਸੀ, ਉਹ ਸ਼ਾਇਦ ਉਸ ਤੋਂ ਥੋੜ੍ਹੀ ਜਿਹੀ ਉਹ ਪਰੇ ਹਟ ਕੇ ਚਲੀ ਗਈ, ਤਾਂ ਸ਼ਾਇਦ ਉਹ ਫਿਲਮ ਇਸ ਕਰਕੇ ਨਹੀਂ ਚੱਲੀ। ਮੈਂ ਉਸ ਵੇਲੇ ਸ਼ੂਟਿੰਗ ਵੇਲੇ ਇੱਕ ਗੱਲ ਕੀਤੀ ਸੀ, ਮੈਂ ਕਿਹਾ ਆਪਾਂ ਫਿਲਮ ਇਹ ਬਾਬੇ 'ਤੇ ਬਣਾਈਏ, ਪੂਰੀ ਉਹਦੀ ਲਾਈਫ 'ਤੇ ਬਣਾਈਏ, ਜੋ ਵੀ ਹੈ ਓਰਿਜਨਲੀ ਆਈ ਡੋਟ ਨੋ। ਪਰ ਅਮਿਤੋਜ ਮਾਨ ਇਜ਼ ਅ ਵੈਰੀ ਕ੍ਰੀਏਟਿਵ ਡਾਇਰੈਕਟਰ, ਹੁਣ ਉਹਨੇ ਸੁੱਚਾ ਸੂਰਮਾ ਬਣਾਈ ਹੈ ਤਾਂ ਪਹਿਲੀ ਗੱਲ ਤਾਂ ਕੈਰੈਕਟਰ ਬੜਾ ਵਧੀਆ ਲਿਆ। ਓਕੇ, ਬੱਬੂ ਮਾਨ ਇਜ਼ ਟੋਟਲੀ ਫਿੱਟ ਫੋਰ ਬਣ ਕੇ ਤਾਂ ਮੈਂ ਕਹਿੰਦਾ ਡੀਲ ਡੋਰ ਘੋੜੇ 'ਤੇ ਚੜਿਆ ਬਰਛਾ ਫੜਿਆ ਬਰਛਾ ਬੜਾ ਵਧੀਆ ਲੱਗਦਾ, ਵਧੀਆ ਲੱਗਦਾ ਜੀ। ਨਾਲ ਉਹ ਮੁੰਡਾ ਹੈਗਾ ਇੱਕ ਐਟੀਟਿਊਡ ਪੂਰਾ ਮਤਲਬ ਕਿ ਜੱਜ ਰਿਹਾ, ਉਹ ਦੂਜਾ ਮੁੰਡਾ ਉਹ ਜਿਹਨੇ ਨੈਗੇਟਿਵ ਰੋਲ ਕੀਤਾ, ਕਿਆ ਬਾਤ ਹੈ, ਸਹੀ ਗੱਲ ਹੈ, ਬਹੁਤ ਸੋਹਣਾ ਕੰਮ ਕੀਤਾ। ਮਤਲਬ ਇਹ ਕਲਾਕਾਰ ਪੂਰੇ ਪੂਰੇ ਮਤਲਬ ਬੜੇ ਪਰਫੈਕਟ ਜਿਹੇ ਰੋਲ 'ਚ ਸੀਗੇ, ਸਹੀ ਗੱਲ ਹੈ, ਇਹ ਗੱਲ ਤਾਂ ਹੈ, ਜਿਹੜੇ ਨੇ ਸੰਭਾਲ ਕੇ ਰੱਖਣੇ ਚਾਹੀਦੇ ਆ ਆਪਾਂ ਨੂੰ। ਔਰ ਸੁੱਚਾ ਸੂਰਮਾ ਮੇਰੇ ਹਿਸਾਬ ਨਾਲ ਜਿਸ ਤਰ੍ਹਾਂ ਦੀ ਫਿਲਮ ਹੈ, ਮੇਰੀ ਅਮਿਤੋਜੀ ਨਾਲ ਗੱਲ ਹੋਈ ਸੀ ਹਫ਼ਤਾ ਕੁ ਪਹਿਲਾਂ, ਕਹਿੰਦੇ ਮੈਂ ਯੋਗ ਆ ਕੇ ਦੇਖੂੰਗਾ ਪਰ ਮੈਂ ਤੈਨੂੰ ਪ੍ਰੀਮੀਅਰ 'ਤੇ ਬੁਲਾਉਣਾ ਸੁੱਚਾ ਸੂਰਮਾ ਦਿਖਾਈ ਹੈ। ਮੈਂ ਕਿਹਾ ਜੀ ਤੁਸੀਂ ਬਣਾਈ ਹੈ ਤਾਂ ਬਹੁਤ ਬਾ ਕਮਾਲ ਬਣੀ ਹੋਊਗੀ, 'ਚ ਕੋਈ ਸ਼ੱਕ ਹੀ ਹੈ ਨਹੀਂ, ਅਤੇ ਆਈ ਹੋਪ ਮਹਾਰਾਜ ਕਿਰਪਾ ਕਰੇ ਉਹ ਫਿਲਮ ਬਹੁਤ ਹਿੱਟ ਹੋਵੇ, ਕਿਉਂਕਿ ਇਹ ਗਾਥਾ ਹੈ ਆਪਣੀ। ਮੈਂ ਤੁਹਾਨੂੰ ਸੰਧੂ ਸਾਹਿਬ ਦੀ ਤੁਹਾਡੀ ਇੰਟਰਵਿਊ ਸੁਣ ਰਿਹਾ ਸੀ, ਉਹ ਤੋਂ ਦੱਸ ਰਹੇ ਸੀ ਕੁਛ, ਸੰਧੂ ਸਾਹਿਬ ਬਹੁਤ ਪੜ੍ਹੇ ਲਿਖੇ ਆ, ਉਹ ਬਹੁਤ ਉਹਨਾਂ ਨੇ ਡੀਪ ਬੜੇ ਬੜੇ ਸਿੰਗਰ ਉਹਨਾਂ ਲਿਆ ਕੇ ਸਟੇਜ 'ਤੇ ਖੜ੍ਹੇ ਕੀਤੇ ਆ ਆਪ, ਔਰ ਸਾਡੇ ਨਾਲ ਵੀ ਉਹ ਬਹੁਤ ਵਿਚਰੇ ਆ, ਸਾਨੂੰ ਵੀ ਉਹ ਬਹੁਤ ਮਕਾਮ ਉਹਨਾਂ ਦਾ ਉਹ ਵਿਜੇ ਟੰਡਨ ਜੀ ਇਹ, ਅਤੇ ਆਈ ਥਿੰਕ ਜਿਹੜੀ ਬਹੁਤ ਜ਼ਰੂਰੀ ਗੱਲ ਇਹ ਕਰਨ ਵਾਲੀ ਹੈ ਕਿ ਉਸ ਫਿਲਮ ਦੇ ਵਿੱਚ ਜਦ ਵੀ ਉਹ ਫਿਲਮ ਲੱਗੇ, ਮੈਂ ਚਾਹੁੰਦਾ ਕਿ ਉਹ ਇਸ ਜ਼ੋਨ 'ਚ ਲੱਗੇ ਕਿ ਆਹ ਦੋਨੋਂ ਫਿਲਮਾਂ ਨਿਕਲ ਜਾਣ, ਅਰਦਾਸ ਨਿਕਲ ਜੇ ਅਤੇ ਬੀਬੀ ਰਜਨੀ ਨਿਕਲ ਜੇ, ਰੱਬ ਕਰੇ ਹੋਰ ਚੱਲਣ ਇਹ, ਮਹਾਰਾਜ ਹੋਰ ਤਰੱਕੀ ਬਖਸ਼ੇ, ਫਿਰ ਉਸ ਤੋਂ ਬਾਅਦ ਉਹ ਫਿਲਮ ਲੱਗੇ, ਕਿਉਂਕਿ ਇੱਕ ਡਿਫਰੈਂਟ ਪਿਕਚਰ ਆ ਐਸੀ ਗਾਥਾ ਹੈ ਜਿਹੜੀ ਅੱਜ ਦੇ ਟਾਈਮ ਤੇ ਪਿਕਚਰਾਈਜ਼ ਹੋਈ ਹੈ। ਦੇਖੋ ਗਾਥਾਵਾਂ ਸਾਰੀਆਂ ਪੁਰਾਣੀਆਂ ਹੁੰਦੀਆਂ ਜਿਹੜੀ ਆਪਾਂ ਹਿਸਟੋਰੀ, ਪਰ ਉਹਨੂੰ ਪੇਸ਼ ਆਪਾਂ ਕਿਸ ਟੈਕਨੀਕ ਨਾਲ ਕਰਦੇ ਹਾਂ। ਜਦ ਮੈਂ ਬਣਾਈ ਸੀ ਉਦੋਂ ਆਹ ਟੈਕਨੋਲੋਜੀ ਨਹੀਂ ਸੀ,
ਅੱਜ ਬਣੀ ਹੈ ਉਹ ਬਾ ਕਮਾਲ ਟੈਕਨੋਲੋਜੀ ਨਾਲ ਬਣੀ ਹੋਊ, ਕਿਉਂਕਿ ਬੀਬੀ ਰਜਨੀ ਵੀ ਪਹਿਲਾਂ ਹੀ ਬਣ ਚੁੱਕੀ ਹੈ ਤੇ ਉਹ ਜਿਹੜੀ ਟੈਕਨੋਲੋਜੀ ਨਾਲ ਹੁਣ ਬਣੀ ਹੈ ਉਹਦਾ ਹੀ ਉਹਦਾ ਇਫੈਕਟ ਹੈ। ਹਾਂ ਤੁਸੀਂ ਅਰਦਾਸ ਦੇਖ ਲਓ, ਬੜੇ ਪਹਿਲੀ ਅਰਦਾਸ ਜਿਹੜੀ ਸੀ ਜਿਹ 'ਚ ਮੈਂ ਕੰਮ ਕੀਤਾ ਸੀ, ਬਾ ਕਮਾਲ ਪਿਕਚਰ, ਬਾ ਕਮਾਲ ਬਹੁਤ, ਆਈ ਥਿੰਕ ਮੈਨੂੰ ਸਭ ਤੋਂ ਪਿਆਰੀ ਪਹਿਲੀ ਅਰਦਾਸ ਲੱਗਦੀ। ਹਾਂਜੀ ਐਕਚੁਅਲੀ ਜਿਹੜੀ ਚੀਜ਼ ਪਹਿਲੀ ਹੁੰਦੀ ਹੈ, ਇੱਕ ਜ਼ਰੂਰੀ ਨਹੀਂ ਜਾਂ ਤਾਂ ਜੱਟ ਤਾਂ ਜੂਲੀਅਟ 3 ਵੀ ਬੜੀ ਚੱਲੀ ਹੈ, ਸੋ ਆਈ ਥਿੰਕ ਇਸ ਹਿਸਾਬ ਕਰਕੇ ਸਾਰੀਆਂ ਫਿਲਮਾਂ ਨੂੰ ਥੋੜ੍ਹੇ ਜਿਹੇ ਗੈਪ ਜ਼ਰੂਰ ਦੇਣਾ ਚਾਹੀਦਾ, ਲੱਗ ਰਹੀ ਹੈ ਤਾਂ ਆਪਾਂ ਤਾਂ ਕੁਛ ਕਰ ਨਹੀਂ ਸਕਦੇ, ਪਰ ਮਹਾਰਾਜ ਕਰੇ ਉਹ ਸਕਸੈਸ ਹੋਵੇ, ਸਾਰੀਆਂ ਸਕਸੈਸ ਹੋਵੇ ਜੀ। ਅਤੇ ਸੁੱਚਾ ਸੂਰਮਾ ਤੁਹਾਡੇ ਵਾਲੀ ਫਿਲਮ ਬਾਰੇ ਮੈਂ ਥੋੜ੍ਹਾ ਜਿਹਾ ਜਾਣਨਾ ਚਾਹੁੰਦਾ ਸੀਗਾ ਕਿ ਉਦੋਂ ਦਾ ਮਾਹੌਲ ਕਿਵੇਂ ਦਾ ਸੀਗਾ ਅਤੇ ਕਿਵੇਂ ਦਾ ਕਰੈਕਟਰ, ਥੋੜ੍ਹਾ ਜਿਹਾ ਕੁਛ ਉਹ ਥੋੜ੍ਹੀ ਜਿਹੀ ਉਹਦੀਆਂ ਗੱਲਾਂ ਬਾਤਾਂ। ਹਾਂ ਜੀ ਉਸ ਵੇਲੇ ਹੁਣ ਕਿਉਂਕਿ ਮੈਂ ਜਿਵੇਂ ਸ਼ਮਸ਼ੇਰ ਸੰਧੂ ਜੀ ਤੁਸੀਂ ਜਿਵੇਂ ਕਹਿ ਰਹੇ ਹੋ ਸੁਣੀ ਹੈ ਨਾ ਕਨਵਰਸੇਸ਼ਨ, ਬਾਪੂ ਦੇ ਕਿਸੇ ਜਿਹੜਾ ਪ੍ਰੋਗਰਾਮ ਸੀ ਤੁਹਾਡੇ ਨਾਲ ਵੀ ਸ਼ੁਰੂ ਕੀਤਾ ਤੇ ਅਗਲੇ ਐਪੀਸੋਡ ਆਪਾਂ ਸ਼ੂਟ ਕਰਾਂਗੇ ਜੀ, ਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਇੱਕ ਵਾਰ ਪਹਿਲਾਂ ਵੀ ਬਲਵੀਰੋ ਭਾਬੀ ਕੁਲਦੀਪ ਮਾਣਕ ਸਾਹਿਬ ਵੀ ਬਣਾਉਣ ਲੱਗੇ ਸੀਗੇ, ਬਿਲਕੁਲ ਠੀਕ, ਪਰ ਉਹ ਬਣੀ ਸੀ ਪਰ ਵਿੱਚ ਹੀ ਰਹਿ ਗਈ ਸੀ, ਰਿਲੀਜ਼ ਨਹੀਂ ਮੇਰਾ ਖਿਆਲ ਹੋ ਪਾਈ ਉਹ ਫਿਲਮ, ਨਹੀਂ ਹੋ ਪਾਈ। ਤੇ ਸੋ ਤੁਹਾਡੇ ਵਾਲੀ ਫਿਲਮ ਨੂੰ ਕੋਈ ਐਸੀ ਦਿੱਕਤ ਵਗੈਰਾ ਕੁਛ ਨਹੀਂ ਜੀ? ਨਹੀਂ, ਮੈਂ ਉਦੋਂ ਕਨਵਰਟ ਕੀਤਾ ਸੀ ਆਪਣੇ ਆਪ ਨੂੰ ਵਿਲਨ ਤੋਂ ਹੀਰੋ ਆਇਆ ਸੀਗਾ, ਓਕੇ, ਕਿਉਂਕਿ ਮੈਂ ਤਾਂ ਨਹੀਂ ਸੀ ਹੀਰੋ ਦਾ ਕੰਮ ਕਰ ਰਿਹਾ ਮੇਨ ਲੀਡ ਦਾ, ਕਿਉਂਕਿ ਗੁੱਗੂ ਬਾਈ ਜੀ ਕਰ ਰਹੇ ਸੀ ਔਰ ਮੈਂ ਉੱਥੇ ਫਸਣਾ ਨਹੀਂ ਸੀ ਚਾਹੁੰਦਾ, ਅਦਰਵਾਈਜ਼ ਮੈਨੂੰ ਉਦੋਂ ਵੀ ਆਫਰਸ ਬਹੁਤ ਸੀਗੀਆਂ, ਓਕੇ, ਪਰ ਅਲਟੀਮੇਟਲੀ ਜਦ ਮੈਂ ਸ਼ੁਰੂ ਕੀਤਾ ਜੱਟ ਪੰਜਾਬ ਤੋਂ ਲੈ ਕੇ ਜੱਗਾ ਡਾਕੂ ਤੋਂ ਲੈ ਕੇ ਸੁੱਚਾ ਸੂਰਮਾ ਤੋਂ ਲੈ ਕੇ ਹੋਰ ਬਹੁਤ ਸਾਰੀਆਂ ਫਿਲਮਾਂ ਕੀਤੀਆਂ ਜੇ ਬਹੁਤ ਸੁਪਰ ਡੁਪਰ ਹਿੱਟ ਹੋਈਆਂ ਨੇ ਉਸ ਟਾਈਮ ਦੀਆਂ, ਅਤੇ ਮੈਨੂੰ ਉਦੋਂ ਸਿਰਫ ਫਰਕ ਇਹ ਸੀ ਵੀ ਸ਼ੂਟਿੰਗ 'ਤੇ 20,000 ਬੰਦਾ ਟਰਾਲੀਆਂ 'ਤੇ ਆਇਆ ਸ਼ੂਟਿੰਗ ਦੇਖਣ, ਵੀ ਯੋਗਰਾਜ ਸਿੰਘ ਦੀ ਸ਼ੂਟਿੰਗ ਦੇਖਣ, ਇੰਨਾ ਕਰੇਜ਼, ਕੋਈ ਰੋਟੀਆਂ ਮਿੱਸੀਆਂ ਬੰਨ ਕੇ ਲੈ ਕੇ ਆ ਰਿਹਾ, ਕੋਈ ਲੱਸੀ ਲੈ ਕੇ ਆ ਰਿਹਾ, ਕੋਈ ਸਾਗ ਮੱਕੀ ਦੀ ਰੋਟੀ ਲੈ ਕੇ ਆਇਆ, ਮੈਂ ਬਹੁਤ ਰੋਟੀ ਖਾ ਲਾ ਫਲਾਨਾ, ਉਹ ਜਿਹੜਾ ਸੀ ਨਾ ਮਾਹੌਲ, ਉਹ ਐਂ ਲੱਗਦਾ ਸੀ ਵੀ ਤੁਸੀਂ ਸ਼ੂਟਿੰਗ ਕਰ ਰਹੇ ਹੋ ਤਾਂ ਤੁਹਾਨੂੰ ਆਪਣਾ ਬੈਸਟ ਦੇਣਾ, ਮੈਨੂੰ ਐਂ ਸੀ ਵੀ ਦੂਜਾ ਟੇਕ ਨਹੀਂ ਹੋਣਾ ਚਾਹੀਦਾ, ਮਹਾਰਾਜ ਕਿਰਪਾ ਕਰਿਓ, ਉਹ ਮਾਹੌਲ ਹੀ ਕੁਛ ਹੋਰ ਸੀ, ਉਸ ਮਾਹੌਲ 'ਚ ਤੁਸੀਂ ਸੁੱਚਾ ਸਿੰਘ ਸੂਰਮਾ ਬਣ ਕੇ ਬੈਠੇ ਹੋ, ਵੱਡੇ ਵੱਡੇ ਪਤੀਲੇ ਰੱਖੇ, ਇੱਕ ਮੀਟ ਬਣ ਰਿਹਾ, ਮੁਰਗਾ ਬਣ ਰਿਹਾ, ਕਲੇਜੀ ਬਣ ਰਹੀ ਹੈ, ਅਤੇ ਇੱਧਰ ਤੰਦੂਰ ਲੱਗਿਆ ਅਤੇ ਕੜਛੀਆਂ ਫੇਰ ਰਹੇ ਹਾਂ, ਹੈ ਜੀ, ਅਤੇ ਨਾਲ ਸ਼ੋਟ ਰੈਡੀ ਭਾਈ, ਮੈਂ ਆਏ ਜੀ ਇੱਕ ਮਿੰਟ ਜਰਾ ਭਾਈ ਖਾਇਓ ਨਾ ਆ ਕੇ ਖੱਟੇ ਖਾਵਾਂਗੇ, ਜਾਣਾ ਸ਼ੋਟ ਦੇਣਾ ਵਾਪਸ ਆਉਣਾ, ਹੈ ਜੀ ਪਲੇਟਾਂ 'ਚ ਪਾਉਣਾ ਖਾਣਾ, ਖਾ ਰਹੇ ਹਾਂ ਭਾਈ ਸ਼ੋਟ ਰੈਡੀ ਆ, ਦੋ ਮਿੰਟ ਖੜੇ ਹੋ ਜੀ ਆਏ ਜੀ, ਸੋ ਆਈ ਥਿੰਕ ਉਹ ਇੱਕ ਐਸਾ ਮਾਹੌਲ ਸੀ ਜਦ ਵੈਨਿਟੀ ਵੈਨ ਨਹੀਂ ਸੀ, ਫਿਰ ਉਹ ਰੋਟੀ ਬਣਾਉਣੀ ਤਾਂ ਸਾਰਿਆਂ ਵਾਸਤੇ ਬਣਾਉਣੀ, ਯੂਨਿਟ ਨੇ ਵੀ ਖਾਣੀ, ਇਕੱਠੇ ਬਹਿ ਕੇ ਖਾਣੀ, ਈਵਨ ਲੇਡੀਜ਼ ਜਿਹੜੀਆਂ ਲੇਡੀਜ਼ ਹੀਰੋਇਨ ਹੁੰਦੀਆਂ ਸੀ ਜਾਂ ਦੂਜੀਆਂ ਕਰੈਕਟਰ ਆਰਟਿਸਟ ਸਾਰੇ ਇਕੱਠੇ ਸੀ, ਖਾਂਦੇ ਸੀ ਪੀਂਦੇ ਸੀ, ਸੋ ਆਈ ਥਿੰਕ ਇਹ ਇੱਕ ਬੜਾ ਫਰਕ ਸੀਗਾ ਉਸ ਮਾਹੌਲ ਦਾ, ਅੱਜ ਦੇ ਵਿੱਚ ਉਹ ਵੈਨਿਟੀ ਵੈਨ ਤਾਂ ਜੀ ਮੈਂ ਤਾਂ ਮੇਰਾ ਤਾਂ ਸਾਹ ਘੁੱਟਦਾ ਜੀ, ਤੁਹਾਨੂੰ ਸਹੀ ਗੱਲ ਦੱਸਾਂ, ਮੈਂ ਤਾਂ ਕੁਰਸੀਆਂ ਬਾਹਰ ਡਾਹਣਾ, ਜੇ ਗਰਮੀ ਹੋਵੇ ਤਾਂ ਗੱਲ ਹੋਰ ਆ, ਪਰ ਜਦ ਸਰਦੀ ਹੋਵੇ ਤਾਂ ਮੈਂ ਕਿਹਾ ਵੀ ਬਾਹਰ ਬੈਠ ਕੇ ਨਾ ਕਿਤੇ ਸਾਗ ਮੱਕੀ ਰੋਟੀ ਖਾਵਾਂਗੇ ਨਾਲੇ ਮੇਕਅਪ ਮੁਕਅਪ ਕਰਾਵਾਂਗੇ, ਸੋ ਇੰਨਾ ਕੁ ਤਾਂ ਫਰਕ ਪਿਆ ਹੀ। ਜਿਵੇਂ ਜੇ ਲੋਕਾਂ ਦੀ ਗੱਲ ਕਰੀਏ, ਆਮ ਲੋਕ ਇਹਨਾਂ ਨੂੰ ਨਾਇਕ ਕਹਿੰਦੇ ਨੇ, ਹੈ ਨਾ, ਜੇ ਇਹਨਾਂ ਲੋਕ ਗਾਥਾਵਾਂ ਦੀ ਗੱਲ ਕਰੀਏ, ਜਿਵੇਂ ਸੁੱਚਾ ਸੂਰਮਾ ਹੋ ਗਿਆ, ਜੱਗਾ ਡਾਕੂ ਹੋ ਗਿਆ, ਅਤੇ ਜਿਉਣਾ ਮੋੜ ਹੋ ਗਿਆ, ਇਹਨਾਂ ਨੂੰ ਹੀਰੋ ਕਹਿੰਦੇ ਆ, ਨਾਇਕ ਕਹਿੰਦੇ ਆ, ਪਰ ਜੇ ਆਪਾਂ ਪ੍ਰਸ਼ਾਸਨ ਦੀ ਗੱਲ ਕਰੀਏ, ਹੈ ਨਾ, ਜਾਂ ਸਰਕਾਰਾਂ ਦੀ, ਇਹ ਇਹਨਾਂ ਨੂੰ ਦੂਜੇ ਪਾਸੇ ਨੂੰ ਕਹਿੰਦੇ ਆ ਕ੍ਰਿਮੀਨਲ। ਤੁਹਾਡੀ ਗੱਲ 'ਤੇ ਬੇਟਾ ਮੈਨੂੰ ਹਾਸਾ ਪਤਾ ਕਿਉਂ ਆਇਆ, ਓਕੇ, ਰਹਿ ਗਈ ਵਿੱਚ, ਚਲੋ ਇੰਨੀ ਕੁ ਸੀਗੀ ਕਲਿੱਪ, ਮੈਂ ਕੁਛ ਕਿਹਨੂੰ ਲੱਭ ਗਈ ਹੋਰ ਤਾਂ ਉੱਥੇ ਵੀ ਕਰਾਂਗੇ, ਬਟ ਵਧੀਆ ਗੱਲ ਕਰ ਗਏ। ਅਤੇ ਜੇ ਬਾਕੀ ਮਤਲਬ ਮੈਂ ਨਾ ਸੁੱਚਾ ਸੂਰਮੇ ਦੀ ਜੇ ਗੱਲ ਕਰਾਂ, ਤਾਂ ਮੈਨੂੰ ਕਾਫੀ ਐਕਟਿਵ ਬੱਬੂ ਮਾਨ ਦੇਖਿਆ ਉੱਥੇ, ਜਿੱਥੇ ਬੱਬੂ ਮਾਨ ਥੋੜ੍ਹਾ ਜਿਹਾ ਲਾਈਕ ਐਂ ਹੁੰਦਾ ਨਾ
ਆਕੜੇ ਜਿਹੇ ਸੀਗਾ ਥੋੜ੍ਹਾ ਉਸ ਤਰੀਕੇ ਨਾਲ, ਇੱਕ ਬੋਡੀ ਹਿਲ ਜਿਲ ਡੁਲ ਜ਼ਿਆਦਾ ਨਹੀਂ ਹੈਗਾ ਉਸ ਤਰੀਕੇ ਨਾਲ, ਬਟ ਇਹ 'ਚ ਬਹੁਤ ਭੱਜ ਭੱਜ ਕੇ ਬੜੇ ਵਧੀਆ ਤਰੀਕੇ ਨਾਲ ਐਨ ਗੁੱਡ ਫਿਲਮ ਬਣਾਈ, ਕਮਾਲ ਦੀ, ਮਜ਼ਾ ਆ ਗਿਆ ਸੱਚੀ। ਸਤਿ ਸ਼੍ਰੀ ਅਕਾਲ।